ਸੋਸ਼ਲ ਮੀਡੀਆ ਤੇ ਵੀਡੀਓ ਜਾਰੀ ਕਰ ਹਮੇਸ਼ਾ ਹੀ ਨੁਮਾਇੰਦਾ ਸਿੱਖ ਸੰਸਥਾਵਾਂ ਅਤੇ ਲੋਕ ਹਿੱਤ ਚ ਕੰਮ ਕਰ ਰਹੀਆਂ ਖਾਲਸਾ ਏਡ ਵਰਕੀਆਂ ਜਥੇਬੰਦੀਆਂ ਤੇ ਸਵਾਲ ਚੁੱਕਣ ਵਾਲੇ ਰਣਜੀਤ ਸਿੰਘ ਟੰਡਰੀਆਂ ਵਾਲਾ ਤੇ ਉੱਗੇ ਸ਼ਾਇਰ ਰਾਹਤ ਇੰਦੌਰੀ ਸਾਹਿਬ ਦੀਆਂ ਦੋ ਸਤਰਾਂ ਪੂਰੀ ਤਰ੍ਹਾਂ ਮੁਫੀਦ ਬੈਠਦੀਆਂ ਹਨ ਕਿ ਉਂਗਲੀਆਂ ਯੂੰ ਨਾ ਸਭ ਪੇ ਉਠਾਇਆ ਕਰੋ, ਖਰਚ ਕਰਨੇ ਸੇ ਪਹਿਲੇ ਕਮਾਇਆ ਕਰੋ, ਉਂਗਲੀਆਂ ਯੂੰ ਨਾ ਸਭ ਪਰ ਉਠਾਇਆ ਕਰੋ। ਵਾਹ, ਉਂਗਲੀਆਂ ਯੂੰ ਨਾ ਸਭ ਪਰ ਉਠਾਇਆ ਕਰੋ, ਖਰਚ ਕਰਨੇ ਸੇ ਪਹਿਲੇ ਕਮਾਇਆ ਕਰੋ। ਅੱਛਾ, ਉਂਗਲੀਆਂ ਯੂੰ ਨਾ ਸਭ ਪਰ ਉਠਾਇਆ ਕਰੋ। ਵਾਹ ਵਾਹ ਵਾਹ, ਉਂਗਲੀਆਂ ਯੂੰ ਨਾ ਸਭ ਪਰ ਉਠਾਇਆ ਕਰੋ, ਕਰੋੜਾਂ ਦੇ ਬਜਟ ਵਾਲੀ SGPC ਕੀ ਸਿੱਖਾਂ ਲਈ ਕੋਈ ਸਮਿਆਰ ਦਾ ਹਸਪਤਾਲ ਵੀ ਨਹੀਂ ਬਣਵਾ ਸਕੀ, ਜਿਸ ਤੇ ਪੂਰੇ ਸਿੱਖ ਜਗਤ ਨੂੰ ਮਾਣ ਹੋਵੇ, ਜੋ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਹੋਵੇ। ਅਕਸਰ ਹੀ ਦੂਜਿਆਂ ਤੇ ਉਂਗਲੀਆਂ ਸਿੱਧਣ ਵਾਲਾ ਅਪਗ੍ਰੇਡ ਸਾਧ ਅਸਲ ਚ ਆਪਣੀ ਪੀੜ੍ਹੀ ਹੇਠ ਸੋਟਾ ਕਦੋਂ ਫੇਰੇਗਾ? ਹੋਰਾਂ ਤੇ ਸਵਾਲ ਚੁੱਕਣੇ ਤਾਂ ਆਸਾਨ ਹਨ, ਉਸ ਵੱਲੋਂ ਜੋ ਸੰਗਤ ਦਾ ਪੈਸਾ ਦਾਨ ਚ ਲੈ ਕੇ ਖੁਦ ਆਧੁਨਿਕ ਸਹੂਲਤਾਂ ਵਾਲਾ ਹਸਪਤਾਲ ਬਣਾਉਣ ਦਾ ਦਾਅਵਾ ਕੀਤਾ ਗਿਆ ਸੀ, ਉਸ ਬਾਰੇ ਅਸੀਂ ਸਵਾਲ ਪਹਿਲਾਂ ਹੀ ਚੁੱਕ ਚੁੱਕੇ ਹਾਂ, ਪਰ ਆਪਣੀ ਆਦਤ ਤੋਂ ਮਜਬੂਰ ਟੰਡਰੀਆਂ ਵਾਲਾ ਨੇ ਇੱਕ ਵਾਰ ਫਿਰ ਸਵਾਲ ਸਿੱਧੇ SGPC ਉੱਪਰ ਚੁੱਕੇ ਹਨ। ਖੁਦ ਮੀਆਂ ਫਜੀਹਾ ਤੇ ਦੂਜਿਆਂ ਨੂੰ ਨਸੀਹਤ ਦੇਣ ਵਾਲੇ ਇਸ ਅਪਗ੍ਰੇਡ ਸਾਧ ਨੂੰ ਇਹ ਗੱਲ ਵੀ ਚੇਤੇ ਰੱਖਣੀ ਚਾਹੀਦੀ ਹੈ ਕਿ ਉਸਦੀ ਆਪਣੀ ਇਸ ਖੇਤਰ ਵਿੱਚ ਕੀ ਭੂਮਿਕਾ ਹੈ। ਕਰੋੜਾਂ ਦਾ ਤਾਂ ਉਹ ਵੀ ਮਾਲਕ ਹੈ, ਕਰੋੜਾਂ ਦੀਆਂ ਗੱਡੀਆਂ ਲੈ ਕੇ ਚੱਲਦਾ ਹੈ, ਵਿਦੇਸ਼ੀ ਕੁੱਤੇ ਰੱਖਣ ਦਾ ਸ਼ੌਂਕ ਹੈ, ਕਰੋੜਾਂ ਦੀ ਜ਼ਮੀਨ ਜਾਇਦਾਦ ਹੈ। ਇਸ ਔਖੀ ਘੜੀ ਵਿੱਚ ਉਸਨੇ ਆਪਣੇ ਖਜ਼ਾਨੇ 'ਚੋਂ ਕੀ ਯੋਗਦਾਨ ਪਾਇਆ ਹੈ? ਜੇ ਇਹ ਸਭ ਦੱਸ ਕੇ ਗੱਲ ਸ਼ੁਰੂ ਕਰਦਾ ਤਾਂ ਗੱਲ ਕੁਝ ਹੋਰ ਹੁੰਦੀ। ਹਾਲਾਂਕਿ ਇਸ ਬਾਰੇ ਇੱਕ ਰੱਟਿਆ ਰਟਾਇਆ ਜਵਾਬ ਉਸ ਕੋਲ ਅਕਸਰ ਹੁੰਦਾ ਹੈ ਤੇ ਉਹ ਅਕਸਰ ਉਚਾਰਦਾ ਹੈ ਕਿ ਮੇਰਾ ਕੁਝ ਵੀ ਨਹੀਂ, ਸਭ ਟਰੱਸਟ ਦਾ ਹੈ। ਤਾਂ ਫਿਰ ਟਰੱਸਟ ਤਾਂ ਸੌਦਾ ਸਾਧ ਸਿਰਸੇ ਵਾਲੇ ਦਾ ਵੀ ਹੈ, ਰਾਧਾ ਸਵਾਮੀਆਂ ਦਾ ਵੀ ਹੈ, ਨਿਰੰਕਾਰੀਆਂ ਦਾ ਵੀ ਹੈ, ਤਾਂ ਫਿਰ ਉਹ ਖੁਦ ਕਿਸ ਸ਼੍ਰੇਣੀ 'ਚ ਆਉਂਦੇ ਹਨ? ਹਾਲਾਂਕਿ ਆਮ ਪਿੰਡਾਂ ਦੀ ਸੰਗਤ ਨੂੰ ਪਚਲਾਉਣ ਲਈ ਉਹ ਅਕਸਰ ਖੁਦ ਨੂੰ ਗਰੀਬੜਾ ਜਿਹਾ ਪੇਸ਼ ਕਰਦਾ ਹੈ, ਪਰ ਲਗਜ਼ਰੀ ਲਾਈਫ ਜੀ ਰਿਹਾ ਇਹ ਅਪਗ੍ਰੇਡ ਸਾਧ ਕੀ ਇਸ ਗੱਲ ਦਾ ਜਵਾਬ ਦੇਵੇਗਾ ਕਿ ਦੂਜਿਆਂ ਤੇ ਉਂਗਲਾਂ ਚੁੱਕਣ ਤੋਂ ਸਿਵਾਏ ਸਮਾਜ ਲਈ ਉਸਦਾ ਆਪਣਾ ਕੀ ਯੋਗਦਾਨ ਹੈ? ਹਾਲਾਂਕਿ ਕੁਦਰਤੀ ਆਫ਼ਤ ਸਮੇਂ ਹਰ ਕੰਮ ਦੀ ਜ਼ਿੰਮੇਵਾਰੀ ਸਿਸਟਮ ਦੀ ਹੋਣ ਦੀ ਗੱਲ ਉਹ ਖੁਦ ਕਰਦਾ ਰਿਹਾ ਹੈ, ਹੁਣ SGPC ਦੇ ਸਵਾਲ ਚੁੱਕ ਰਿਹਾ ਹੈ। ਅਸਲ 'ਚ ਉਸਨੂੰ ਸਿੱਖ ਸੰਸਥਾਵਾਂ ਨੂੰ ਭੰਡਣ ਦਾ ਕੋਈ ਨਾ ਕੋਈ ਬਹਾਨਾ ਚਾਹੀਦਾ ਹੈ, ਪਰ ਉਹ SGPC ਹੋਵੇ ਚਾਹੇ ਦੁਨੀਆਂ ਭਰ ਵਿੱਚ ਆਪਣੀ ਸੇਵਾ ਭਾਵਨਾ ਲਈ ਸਿੱਖ ਕੌਮ ਦੀ ਤਰਜਮਾਨੀ ਕਰ ਰਹੀ ਖਾਲਸਾ ਏਡ ਵਰਗੀ ਸੰਸਥਾ, ਉਸਦਾ ਏਜੰਡਾ ਸਾਫ਼ ਹੈ। ਖੁਦ ਅਤੇ ਨਾਲ ਹੀ ਆਪਣੀ ਟ੍ਰੋਲ ਆਰਮੀ ਜ਼ਰੀਏ ਉਹ ਅਕਸਰ ਹੀ ਸਭ ਨੂੰ ਟ੍ਰੋਲ ਕਰਾਉਂਦਾ ਹੈ, ਜਦਕਿ ਜਵਾਬ ਉਸਨੂੰ ਖੁਦ ਦੇਣਾ ਚਾਹੀਦਾ ਹੈ ਕਿ ਪੰਜਾਬ ਜਦੋਂ ਇਸ ਬਿਪਤਾ ਦੀ ਘੜੀ ਵਿੱਚ ਖੜਾ ਹੈ ਤਾਂ ਜ਼ਿਆਦਾ ਦੂਰ ਨਾ ਹੀ ਜਾਈਏ, ਉਸਨੇ ਸਿੱਖ ਕੌਮ ਲਈ ਕੀ ਕੀਤਾ? ਆਪਣੇ ਆਲੇ ਦੁਆਲੇ ਦੇ ਪਿੰਡਾਂ ਦਾ ਹੀ ਕੁਝ ਸਵਾਰ ਦਿੰਦਾ, ਅਪਗ੍ਰੇਡ ਕਰਾਈਆਂ ਵਿਦੇਸ਼ ਗੱਡੀਆਂ ਵਿੱਚ ਘੁੰਮਣ ਦੇ ਸ਼ੌਕੀਨ ਟੰਡਰੀਆਂ ਵਾਲੇ ਤੋਂ ਕਿ ਆਪਣੇ ਇਲਾਕੇ ਲਈ ਇੱਕ ਐਂਬੂਲੈਂਸ ਵੀ ਆਪਣੇ ਵੱਲੋਂ ਦੇਣ ਜੋਗੀ ਵਕਤ ਨਹੀਂ, ਆਮ ਜਨਤਾ ਲਈ ਕਿਸ ਥਾਂ ਲੰਗਰ ਲਗਾਏ, ਰਾਹਤ ਪਹੁੰਚਾਈ, ਲੋੜਵੰਦਾਂ ਦੀ ਬਾਂਹ ਫੜੀ। ਲੁਧਿਆਣਾ ਦੀ ਇੱਕ ਔਰਤ ਪਟਿਆਲਾ ਸ਼ਿਫਟ ਕਰਦਿਆਂ ਦਮ ਤੋੜ ਗਈ ਕਿਉਂਕਿ ਲੁਧਿਆਣਾ ਹਸਪਤਾਲ ਵਿੱਚ ਵੈਂਟੀਲੇਟਰ ਚਾਲੂ ਹਾਲਤ ਵਿੱਚ ਨਹੀਂ ਸੀ, ਤਾਂ ਇਸ ਸੂਰਤ ਵਿੱਚ ਉਹ ਵੀ ਕੁਝ ਮਦਦ ਕਰ ਸਕਦੇ ਸਨ? ਸੋ ਕੀ ਉਹ ਇਸ ਤਰ੍ਹਾਂ ਵੀਡੀਓ ਤੇ ਬਿਆਨ ਜ਼ਰੀਏ ਹੀ ਸਿੱਖ ਸੰਸਥਾਵਾਂ ਜਥੇਬੰਦੀਆਂ ਤੇ ਹੀ ਕਿੰਤੂ ਪ੍ਰੰਤੂ ਕਰਦਾ ਰਹੇਗਾ ਕਿ ਨਿਰੰਕਾਰੀਆਂ ਵਾਂਗ ਸਿੱਖ ਕੌਮ ਨੂੰ ਭਰਾ ਮਾਰੂ ਜੰਗ ਵੱਲ ਤੱਕਣਾ ਹੀ ਉਸਦਾ ਇਕਲੌਤਾ ਕੰਮ ਹੈ? ਕਰੋੜਾਂ ਦਾ ਮਾਲਕ ਹੁੰਦਿਆਂ ਉਸਨੇ ਖੁਦ ਸਮਾਜ ਲਈ ਸਿੱਖਾਂ ਲਈ ਕੀ ਕੀਤਾ? ਕੀ ਉਹ ਇਹ ਸਵਾਲ ਚੁੱਕਣ ਦਾ ਹੱਕਦਾਰ ਹੈ? ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।